ਕਿ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਕਿ ਉਹ ਕੀ ਬੋਲਦੀ ਹੈ ਕੀ ਨਹੀਂ ਬੋਲਦੀ, ਕਿ ਉਹ ਇਹ ਕਹਿੰਦੀ ਹੈ ਕਿ ਇਹ ਕਿਸਾਨ ਨਹੀਂ ਹੈਗੇ, ਇਹ ਕਾਨੂੰਨ ਦੁਬਾਰਾ ਲਾਗੂ ਹੋਣਗੇ। ਰੋਕਣਾ ਤਾਂ ਲੋਕਾਂ ਨੇ, ਜਿਹੜੀ ਜਨਤਾ ਖੜੀ ਹੈ, ਜਿਨ੍ਹਾਂ ਦਾ ਸੰਗਠ ਆਇਆ, ਕਿਉਂ ਸੰਗਠ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੈ। ਕੀ ਇਹ ਨਕਲੀ ਕਿਸਾਨ ਹੈ? ਉਹਨਾਂ ਨੂੰ ਅਸਲੀ ਕਿਸਾਨ ਥੋੜਾ ਦਿਸਦੇ ਨੇ, ਪਰ ਅਸਲੀ ਕਿਸਾਨ ਆਪਦੇ ਮੰਗਾਂ ਮਸਲਿਆਂ ਨੂੰ ਮਨਾਉਣ ਦੇ ਲਈ ਬਾਰਡਰਾਂ ਤੇ ਬੈਠੇ ਨੇ, ਚਾਹੇ ਸੜਕਾਂ ਤੇ ਬੈਠੇ ਨੇ, ਉਹ ਆਪਦੇ ਹੱਕ ਲੈਣ ਵਾਸਤੇ ਬੈਠੇ ਨੇ। ਆਏ ਦਿਨ ਬੀਜੇਪੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਬਿਆਨ ਬਾਜਨ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉੱਥੇ ਕਿਸਾਨ ਮਹਿਲਾਵਾਂ ਨੇ ਵੀ ਆਪਣਾ ਰੋਸ ਜ਼ਾਹਿਰ ਕੀਤਾ ਦੇ। ਕਿਸਾਨ ਮਹਿਲਾਵਾਂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਕਿਹੜੇ ਕੀ ਕਹਿਣਾ ਚਾਹੋਗੇ? ਕੰਗਨਾ ਰਣੌਤ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਜੋ ਕਿ 3 ਬਿੱਲ ਸੀ, ਕੇਂਦਰ ਸਰਕਾਰ ਜੋ ਕਿ ਮੋਦੀ ਸਰਕਾਰ ਵਾਪਸ ਲੈ ਕੇ ਆਵੇ, ਕਿਸਾਨਾਂ ਲਈ ਫਾਇਦੇਮੰਦ ਹੈ। ਦੇਖੋ, ਕੰਗਨਾ ਰਣੌਤ ਦੀ ਤਾਂ ਅਸੀਂ ਇਹ ਗੱਲ ਕਰਨੀ ਚਾਹਾਂਗੇ ਕਿ ਕੰਗਨਾ ਰਣੌਤ ਤਾਂ ਜਦੋਂ ਤੋਂ ਅਸੀਂ ਦਿੱਲੀ ਅੰਦੋਲਨ ਤੇ ਬੈਠੇ ਸੀ, ਕਿ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਕਿ ਉਹ ਕੀ ਬੋਲਦੀ ਹੈ ਕੀ ਨਹੀਂ ਬੋਲਦੀ, ਕਿ ਉਹ ਇਹ ਕਹਿੰਦੀ ਹੈ ਕਿ ਇਹ ਕਿਸਾਨ ਨਹੀਂ ਹੈਗੇ, ਇਹ ਕਾਨੂੰਨ ਦੁਬਾਰਾ ਲਾਗੂ ਹੋਣਗੇ। ਠੀਕ ਆ, ਉਹ ਕਹਿੰਦੀ ਹੈ, ਪਰ ਕਿਸਾਨਾਂ ਨੇ ਆਪਦੀ ਤਾਕਤ ਦੇ ਜ਼ੋਰ ਉਹ ਕਾਨੂੰਨ ਰੱਦ ਕਰਾਏ ਆ। ਇਸ ਗੱਲ ਦਾ ਸਾਨੂੰ ਵੀ ਪਤਾ ਕਿ ਜਿਹੜੀ ਇਹ ਨੀਤੀ ਹੈ ਉਹ ਰੱਦ ਨਹੀਂ ਹੋਈ ਹੈਗੀ, ਨੀਤੀ ਉਵੇਂ ਦੀ ਉਵੇਂ ਬਰਕਰਾਰ ਹੈ, ਤੇ ਉਸ ਨੀਤੀ ਤੇ ਬੀਜੇਪੀ ਸਰਕਾਰ ਚੱਲ ਰਹੀ ਹੈਗੀ ਹੈ। ਮੁੜ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਾਸਤੇ ਅਹਿਮਦ ਸ਼ਾਹ ਨੇ ਵੀ ਕਿਹਾ ਸੀ ਕਿ ਅਸੀਂ ਇੱਕ ਕਦਮ ਪਿੱਛੇ ਹਟੇ ਹਾਂ, ਪਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਤੇਜ਼ੀ ਨਾਲ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ 2 ਕਦਮ ਅੱਗੇ ਹੋ ਕੇ ਇਹ ਕਾਨੂੰਨ ਲਾਗੂ ਕਰਾਂਗੇ। ਇਸ ਕਰਕੇ ਕਿ ਰਣੌਤ ਕੀ ਕਹਿੰਦੀ ਹੈਗੀ, ਕੰਗਨਾ ਰਣੌਤ ਕੀ ਕਹਿੰਦੀ ਹੈ, ਇਹਦਾ ਸਾਡੇ ਲਈ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ ਹੈਗਾ। ਲੱਗਦਾ ਕਿ ਬੀਜੇਪੀ ਨੂੰ ਅਜਿਹੇ ਬਿਆਨ ਦੇਣ ਸ਼ਾਂਤ ਕਰਨਾ ਚਾਹੀਦਾ, ਰੋਕਣਾ ਚਾਹੀਦਾ ਇਹੋ ਜਿਹੇ? ਦੇਖੋ ਜੀ, ਉਹਨਾਂ ਨੇ ਤਾਂ ਆਪਦੀ ਜਿਹੜੀ ਮੂੰਹ ਆਈਆਂ ਕੱਢਣੀਆਂ ਗਾ। ਰੋਕਣਾ ਤਾਂ ਲੋਕਾਂ ਨੇ, ਜਿਹੜੀ ਜਨਤਾ ਖੜੀ ਹੈ, ਜਿਹਨਾਂ ਦਾ ਸੰਗਠ ਆਇਆ, ਕਿਉਂ ਸੰਗਠ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਤੇ ਹੈ। ਉਹ ਤਾਂ ਵੋਟਾਂ ਵੇਲੇ ਤਾਂ ਸਾਨੂੰ ਬਾਪੂ ਕਹਿੰਦੇ, ਵੋਟਾਂ ਜਦੋਂ ਲੈ ਲੈਂਦੇ ਉਦੋਂ ਸਾਡੇ ਤੇ ਕਾਨੂੰਨ ਮਰਦੇ, ਕਿਤੇ ਕਾਲੇ ਕਾਨੂੰਨ ਲਿਆਏ, ਕਿਤੇ ਖੇਤੀ ਨੀਤੀ ਲਿਆਏ। ਯਾਨੀ ਇਹ ਕੋਈ ਵੀ ਕੰਮ ਹੈ, ਆਹ ਸਾਡੀ ਜਨਤਾ ਨੇ, ਆਹ ਔਰਤ ਭੈਣਾਂ ਜਿਹੜੀਆਂ ਘਰਾਂ ਦੇ ਵਿੱਚ ਅੱਧ ਦੀ ਗਿਣਤੀ ਬੈਠੀ ਹੈ, ਜਦੋਂ ਇਹ ਬਾਹਰ ਆਉਣਗੇ ਇਹਨਾਂ ਨੂੰ ਪਤਾ ਲੱਗੂਗਾ ਸਾਡੀ ਜੰਗ ਕਿਹਦੇ ਨਾਲ ਹੈ, ਕਿਹਦੇ ਨਾਲ ਅਸੀਂ ਲੜਨਾ, ਕਿਹਦੇ ਨਾਲ ਸਾਡੀ ਲੜਾਈ ਹੈ। ਅਸੀਂ ਸਾਰੀਆਂ ਇੱਕ ਮੁੱਠ ਹੋ ਗਈਆਂ, ਅਸੀਂ ਆਪਣੇ ਬੱਚਿਆਂ ਨੂੰ ਇਸ ਗੱਲਾਂ ਤੇ ਜਾਣੂ ਕਰ ਲਿਆ, ਸਾਰੀਆਂ ਔਰਤਾਂ ਨੂੰ ਜਾਗਰੂਕ ਕਰ ਲਿਆ। ਇਹ ਸਾਰਾ ਕੁਛ ਜਨਤਾ ਨੇ ਰੋਕਣਾ ਹੁੰਦਾ, ਤੇ ਉਹ ਸਰਕਾਰਾਂ ਨੇ ਤਾਂ ਨਿਤ ਨਵੇਂ ਕਾਨੂੰਨ ਲਿਆਉਣੇ ਆ, ਨਿਤ ਨਵੀਆਂ ਗੱਲਾਂ ਕੱਢਣੀਆਂ ਮੂੰਹਾਂ ਦੇ ਵਿੱਚੋਂ, ਤੇ ਰੋਕਣ ਵਾਲੇ ਵੀ ਹੁੰਦੇ ਆ। ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਹੈ, ਖੇਤ ਮਜ਼ਦੂਰ ਹੈ, ਹੋਰ ਜਥੇਬੰਦੀਆਂ ਹੈ, ਬਖਰੇਵੇਂ ਆ ਸਾਡੇ, ਕੋਈ ਹੁੰਦੇ ਆ ਘਰਾਂ ਦੇ ਵਿੱਚ, ਭਰਾਵਾਂ ਦੇ ਵੀ ਹੁੰਦੇ ਆ। ਲੜਾਈ ਸਾਡੀ ਸਾਰਿਆਂ ਦੀ ਇੱਕੋ ਹੀ ਹੈ, ਜਿਹੜੇ ਬਾਰਡਰਾਂ ਤੇ ਬੈਠੇ ਜਿਹਨਾਂ ਨੂੰ ਆਦੇ ਕਿਸਾਨ ਨਹੀਂ। ਦੇਖੋ, ਕਿਸਾਨ ਕਿਉਂ ਨਹੀਂ? ਕਿਸਾਨ ਤਾਂ ਸਾਨੂੰ ਪਤਾ ਹੈ, ਜਿਨ੍ਹਾਂ ਤੇ ਕੋਈ ਸੰਗਠ ਆਉਂਦਾ ਕਿਸਾਨ ਉਹ ਹੈ। ਉਹ ਤਾਂ ਲੁੱਟ ਕਰੀ ਜਾਂਦੇ ਆ, ਕਾਰਪੋਰੇਟ ਘਰਾਂ ਰਹਿੰਦੇ ਜਿਹੇ ਹੈ, ਉਹ ਤਾਂ ਬਹੁਤ ਕੁਛ ਕਹਿਣਗੇ। ਦੇਖੋ, ਮਨੋਹਰ ਲਾਲ ਖੱਟਰ ਤਾਂ ਕਹੂਗਾ ਕਿ ਇਹ ਨਕਲੀ ਕਿਸਾਨ ਹੈ, ਉਹਨਾਂ ਨੂੰ ਅਸਲੀ ਕਿਸਾਨ ਥੋੜਾ ਦਿਸਦੇ ਨੇ, ਪਰ ਅਸਲੀ ਕਿਸਾਨ ਆਪਦੇ ਮੰਗਾਂ ਮਸਲਿਆਂ ਨੂੰ ਮਨਾਉਣ ਦੇ ਲਈ ਬਾਰਡਰਾਂ ਤੇ ਬੈਠੇ ਨੇ, ਚਾਹੇ ਸੜਕਾਂ ਤੇ ਬੈਠੇ ਨੇ, ਉਹ ਆਪਦੇ ਹੱਕ ਲੈਣ ਵਾਸਤੇ ਬੈਠੇ ਨੇ। ਇਸ ਕਰਕੇ ਕਿ ਜਿਹੜੇ ਕਿਸਾਨ ਹੈ ਉਹ ਆਪਣੇ ਹੱਕ ਲੈਣ ਦੇ ਵਾਸਤੇ ਸੜਕਾਂ ਤੇ ਆਏ ਹੋਏ ਨੇ। ਅਸਲੀ ਕਿਸਾਨ ਹੈ ਜਿਹੜੇ ਰੌਲਾ ਪਾਉਂਦੇ, ਜਿਨ੍ਹਾਂ ਦੇ ਕੋਲੋਂ ਅੱਜ ਜ਼ਮੀਨਾਂ ਖੁਸ ਰਹੀਆਂ ਨੇ, ਜਿਨ੍ਹਾਂ ਦੇ ਸਿਰ ਕਰਜ਼ੇ ਚੜ ਰਹੇ, ਜਿਹੜੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ, ਜਿਹੜੇ ਕਿਸਾਨ ਇਹ ਕਹਿੰਦੇ ਆ ਕਿ ਜਿਹੜੇ ਭਾਰਤ ਦੇ ਹਾਕਮ ਹੈ, WTO ਚੋਂ ਬਾਹਰ ਆਓ। ਇਸੇ ਕਿਸਾਨ ਗ੍ਰਾਹਾਂ ਦੀ ਮਹਿਲਾਵਾਂ, ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਦੇ ਖਿਲਾਫ ਅਜਿਹਾ ਸੰਘਰਸ਼ ਕੀਤਾ ਜਾਵੇਗਾ ਜੇਕਰ ਇਹ ਬਿਆਨਬਾਜ਼ੀ ਚੁੱਪ ਨਾ ਕੀਤੀ ਤਾਂ। ਬਠਿੰਡਾ ਤੋਂ ਵਿਕਰਮ ਕੁਮਾਰ ਸੋਖਸਨਾ।